ਇੰਡੀਅਨ ਟਾਈਮਜ਼ ਦਿੱਲੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਇਰਾਕ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਹੈ ਕਿ 3 ਸਾਲ ਪਹਿਲਾਂ ਜਦ ਇਸਲਾਮਿਕ ਸਟੇਟ ਗਰੁੱਪ ਦੇ ਆਤੰਕਵਾਦੀਆਂ ਨੇ ਮੋਸੁਲ ਉੱਤੇ ਕਬਜ਼ਾ ਕੀਤਾ ਸੀ ਅਤੇ 39 ਭਾਰਤੀ ਲੋਕਾਂ ਨੂੰ ਬੰਦੀ ਬਣਾਇਆ ਸੀ, ਉਹਨਾਂ ਦੀ ਹੁਣ ਤੱਕ ਕੋਈ ਖਬਰ ਨਹੀਂ ਮਿਲੀ ਹੈ। ਇੱਕ ਇਰਾਕੀ ਕੰਸਟਰਕਸ਼ਨ ਕੰਪਨੀ ਨੇ ਇਹਨਾਂ ਵਰਕਰਸ ਨੂੰ ਕੰਮ ਦਿੱਤਾ ਸੀ ਅਤੇ ਇਹ ਲੋਕ ਜ਼ਿਆਦਾਤਰ ਪੰਜਾਬ ਤੋਂ ਸਨ। ਡੇਰਾ ਵਾਲਿਆਂ ਸੇ ਮੋਸਟ ਵਾਂਟਡ ਲੋਕਾਂ ਦੀ ਲਿਸਟ ਨੂੰ ਲੋਕਾਰਪਣ ਕਰ ਦਿੱਤਾ ਗਿਆ ਹੈ। ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਂ ਸੈਕਟਰੀ ਚੀਫ ਦੀ ਕਰੀਬੀ ਹਨੀਪ੍ਰੀਤ ਕੌਰ ਦਾ ਹੈ। ਹਰਿਆਣਾ ਪੁਲਿਸ ਦੇ ਵੈਬਸਾਈਟ ਉੱਤੇ ਇੱਕ ਵੱਡੇ ਪੈਮਾਨੇ ਦੇ ਵਾਇਲੈਂਸ ਦੇ ਲਈ 43 ਅਪਰਾਧੀਆਂ ਦੇ ਫੋਟੋਜ਼ ਲਗਾਏ ਗਏ ਹਨ। ਇੱਕ ਸੇਫਟੀ ਆਡਿਟ ਵਿੱਚ ਪਤਾ ਚੱਲਿਆ ਹੈ ਕਿ ਗੁਰੂਗ੍ਰਾਮ ਦੇ ਰਾਇਨ ਇੰਟਰਨੈਸ਼ਨਲ ਸਕੂਲ ਜਿੱਥੇ ਇੱਕ 7 ਸਾਲ ਦੇ ਬੱਚੇ ਦੀ ਹੱਤਿਆ ਹੋਈ, ਉਸ ਵਿੱਚ ਕੁਝ ਸਿਕਿਉਰਿਟੀ ਲੈਪਸਿਸ ਸਨ। ਇਸ ਘਟਨਾ ਦੇ 10 ਦਿਨ ਬਾਅਦ ਸੋਮਵਾਰ ਨੂੰ ਸਕੂਲ ਫੇਰ ਤੋਂ ਸ਼ੁਰੂ ਹੋਇਆ ਹੈ। ਗੁਰਦਾਸਪੁਰ ਲੋਕ ਸਭਾ ਬਾਈ ਇਲੈਕਸ਼ਨ ਦੇ ਨੋਮਿਨੀ ਦੇ ਬਾਰੇ ਵਿਚਾਰ ਕਰਨ ਦੇ ਲਈ ਸੀਐਮ ਅਮਰਿੰਦਰ ਸਿੰਘ ਕਾਂਗਰਸ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਨਾਲ ਮਿਲੇ। ਮੰਨਿਆ ਜਾ ਰਿਹਾ ਕਿ ਪੰਜਾਬ ਯੂਨਿਟ ਦੇ ਚੀਫ ਸੁਨੀਲ ਜਾਖੜ ਨੂੰ ਇਹ ਮੌਕਾ ਦਿੱਤਾ ਜਾ ਸਕਦਾ ਹੈ। ਪੰਜਾਬ ਵਿੱਚ ਪਿਛਲੇ ਬਹੁਤ ਮਹੀਨਿਆਂ ਵਿੱਚ ਸੈਂਟਰਲ ਰੋਡ ਫੰਡ ਦੇ ਤਹਿਤ ਕੋਈ ਵੀ ਕੰਸਟਰਕਸ਼ਨ ਨਹੀਂ ਹੋਇਆ ਹੈ, ਕਿਉਂਕਿ ਰਾਜ ਸਰਕਾਰ ਆਪਣੇ 40% ਪੈਸੇ ਨਹੀਂ ਦੇ ਰਹੇ ਹਨ। ਇਸ ਵਿੱਚ ਸੈਂਟਰ ਅਤੇ ਸਟੇਟ ਗਵਰਨਮੈਂਟ 60-40 ਦੇ ਰੇਸ਼ੋ ਤੋਂ ਪੈਸੇ ਦੇਣਗੇ। ਅਟਾਰੀ ਵਾਹਗਾ ਅਤੇ ਹੁਸੈਨੀਵਾਲਾ ਦੇ ਰਿਟਰੀਟ ਸੈਰੇਮਨੀ ਵਿੱਚ ਹਿੱਸਾ ਲੈਣ ਵਾਲੇ ਹਜ਼ਾਰਾਂ ਵਿਜ਼ਿਟਰਸ ਇੱਕ ਅਲੱਗ ਤਰ੍ਹਾਂ ਦਾ ਸ਼ਬਦ ਲੈ ਰਹੇ ਹਨ। ਅਡੜ ਰਾਜਾ ਤੋਂ ਲੋਕਾਂ ਨੇ ਸੰਕਲਪ ਸੇ ਸਿੱਧੀ ਨਿਊ ਇੰਡੀਆ ਪਲੇਜ ਲਿੱਤਾ ਹੈ, ਤਾਂ ਕਿ ਭਾਰਤ ਨੂੰ ਟੈਰੋਰਿਜ਼ਮ, ਕਮਿਊਨਲਿਜ਼ਮ ਅਤੇ ਪਾਵਰਟੀ ਤੋਂ ਮੁਕਤ ਕੀਤਾ ਜਾ ਸਕੇ। ਲੋਕਾਂ ਨੇ ਦੇਸ਼ ਨੂੰ ਸਾਫ਼ ਰੱਖਣ ਦੀ ਸ਼ਪਥ ਵੀ ਲਿੱਤੀ ਹੈ। ਗਵਰਨਮੈਂਟ ਆਫਿਸਿਸ ਵਿੱਚ ਡਿਜੀਟਾਈਜ਼ ਫਾਈਲਸ ਬਣਾਉਣ ਅਤੇ ਇਹਨਾਂ ਆਫਿਸਿਸ ਨੂੰ ਈ ਆਫਿਸਿਸ ਵਿੱਚ ਤਬਦੀਲ ਕਰਨ ਦੀ ਪ੍ਰੋਜੈਕਟ ਨੂੰ ਪੰਜਾਬ ਦੇ ਬਹੁਤ ਸਾਰੇ ਡਿਸਟ੍ਰਿਕਟ ਵਿੱਚ ਨਰਮ ਗਰਮ ਰਿਸਪਾਂਸ ਮਿਲਿਆ ਹੈ। ਬਰਨਾਲਾ ਵਰਗੇ ਛੋਟੇ ਡਿਸਟ੍ਰਿਕਟ ਇਸ ਲਿਸਟ ਵਿੱਚ ਸਭ ਤੋਂ ਉੱਤੇ ਹਨ ਅਤੇ ਬਹੁਤ ਸਾਰੇ ਵੱਡੇ ਡਿਸਟ੍ਰਿਕਟਸ ਨੇ ਖਰਾਬ ਪ੍ਰਦਰਸ਼ਨ ਕੀਤਾ ਹੈ। ਸਟੇਟ ਹਾਈਵੇਜ਼ ਦੇ ਟੋਲ ਪਲਾਜ਼ਾ ਦੇ ਪੈਸਿਆਂ ਵਿੱਚ ਹੇਰ ਫੇਰ ਨੂੰ ਰੋਕਣ ਦੇ ਲਈ ਲੌਗ ਬੁੱਕਸ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦਾ ਇਹ ਕਦਮ ਪੈਸਿਆਂ ਦੀ ਹੇਰ ਫੇਰ ਹੋਣ ਦੇ ਆਰੋਪ ਦੇ ਬਾਅਦ ਆਇਆ ਹੈ। ਇੰਡੀਆ ਪਾਕਿਸਤਾਨ ਬਾਰਡਰ ਦੇ ਪੰਜਾਬ ਦੇ ਅਬੋਹਰ ਸੈਕਟਰ ਵਿੱਚ BSF ਟਰੂਪਰਸ ਨੇ 12 ਕਿਲੋ ਤੋਂ ਜ਼ਿਆਦਾ ਹੀਰੋਇਨ ਜ਼ਬਤ ਕੀਤੀ ਹੈ। ਇਹ ਬਾਰਬਡ ਵਾਇਰ ਸਿਕਿਉਰਿਟੀ ਫੈਂਸ ਦੇ ਅੱਗੇ ਵਿਛਾਏ ਜਾਲ ਵਿੱਚ ਫੜੇ ਗਏ ਹਨ। ਅੰਮ੍ਰਿਤਸਰ ਦੇ ਸੈਂਟਰਲ ਸਿੱਖ ਮਿਊਜ਼ੀਅਮ ਵਿੱਚ SGPC ਇੰਡੀਅਨ ਏਅਰ ਫੋਰਸ ਮਾਰਸ਼ਲ ਅਰਹਾਨ ਸਿੰਘ ਅਤੇ 1965 ਵਿੱਚ ਅਤੇ 1971 ਦੇ ਇੰਡੀਆ ਪਾਕਿਸਤਾਨ ਵਾਰ ਦੇ ਦੋ ਦੂਜੇ ਹੀਰੋਜ਼ ਦੇ ਫੋਟੋਜ਼ ਲਗਾਉਣਗੇ। SGPC ਦੇ ਚੀਫ ਨੇ ਕਿਹਾ ਕਿ ਉਹਨਾਂ ਦੀ ਲੀਡਰਸ਼ਿਪ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸਾਡੇ ਨਾਲ ਜੁੜੇ ਦੋਸਤੋ, ਅਸੀਂ ਭਾਰਤ ਤੇ ਕੈਨੇਡਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।